ਜੇਕਰ ਤੁਸੀਂ ਵੀ ਵੇਖਣਾ ਚਾਹੁੰਦੇ ਹੋ ਦੇਸ਼ ਤੇ ਦੁਨੀਆ ਦੀਆਂ ਪੰਜਾਬੀ ਖਬਰਾਂ, ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਪਹਿਲਾ ਆਈਕਨ। ਪੁਲਿਸ ਮੁਲਾਜ਼ਮਾਂ ਦੀ ਗੱਡੀ ਲੋਕੀ ਕਿਉਂ ਘੇਰੀ ਖੜੇ ਨੇ? ਆਖਿਰਕਾਰ ਇਸ ਗੱਡੀ 'ਚ ਜੀਹਾ ਕੀ ਹੈ ਜਿਸ ਨੂੰ ਲੋਕ ਖੁਦ ਕੱਢ ਰਹੇ ਨੇ? ਦਰਅਸਲ ਇਹ ਤਸਵੀਰਾਂ ਜਲੰਧਰ ਦੀਆਂ ਨੇ। ਜਲੰਧਰ ਦੇ ਦਕੋਹਾ ਇਲਾਕੇ ਦੇ ਵਿੱਚ ਲੋਕਾਂ ਨੇ ਪੁਲਿਸ ਵਾਲਿਆਂ ਦਾ ਪਰਦਾ ਫਾਸ਼ ਕੀਤਾ, ਯਾਨੀ ਕਿ ਪੁਲਿਸ ਦੇ ਕੰਮ ਕਰਨ ਦਾ ਉਹ ਤਰੀਕਾ ਜੋ ਬਿਲਕੁਲ ਨਜਾਇਜ਼ ਹੈ। ਦਰਅਸਲ ਲੋਕਾਂ ਦੀ ਮੰਨੀਏ ਤਾਂ ਪੁਲਿਸ ਮੁਲਾਜ਼ਮਾਂ ਨੇ ਇੱਕ ਰੇਹੜੀ ਚਾਲਕ ਨੂੰ ਘੇਰ ਲਿਆ, ਰੇਹੜੀ ਵਾਲੇ ਦਾ ਸਮਾਨ ਚੱਕ ਕੇ ਗੱਡੀ 'ਚ ਪਾਉਣਾ ਸ਼ੁਰੂ ਕਰ ਦਿੱਤਾ। ਜਦੋਂ ਉਸਨੇ ਵਿਰੋਧ ਕੀਤਾ, ਉਸ ਦੇ ਨਾਲ ਹਾਥਾਪਾਈ ਕੀਤੀ ਗਈ। ਇਹ ਸਾਰਾ ਕੁਝ ਲੋਕਾਂ ਨੇ ਪਹਿਲਾਂ ਤਾਂ ਕੈਮਰੇ 'ਚ ਕੈਦ ਕਰ ਲਿਆ। ਜਦੋਂ ਪੁਲਿਸ ਮੁਲਾਜ਼ਮਾਂ ਨੇ ਸਮਾਨ ਗੱਡੀ 'ਚ ਰੱਖਿਆ ਤਾਂ ਫਿਰ ਲੋਕੀ ਆ ਗਏ। ਲੋਕਾਂ ਨੇ ਆ ਕੇ ਪੁਲਿਸ ਮੁਲਾਜ਼ਮਾਂ ਦਾ ਵਿਰੋਧ ਕਰਨਾ ਸ਼ੁਰੂ ਕੀਤਾ। ਪਤਾ ਲੱਗਿਆ ਹੈ ਕਿ ਇਹ ਜਨਾਬ ਦਕੋਹਾ ਚੌਂਕੀ ਦੇ ਇੰਚਾਰਜ ਨੇ, ਯਾਨੀ ਕਿ ਜਲੰਧਰ ਦੀ ਦਕੋਹਾ ਚੌਂਕੀ ਦੇ ਇੰਚਾਰਜ ਦੀ ਗੱਡੀ ਨੂੰ ਲੋਕਾਂ ਨੇ ਘੇਰਿਆ ਹੋਇਆ ਹੈ। ਲੋਕਾਂ ਦਾ ਤਾਂ ਇਲਜ਼ਾਮ ਹੈ ਕਿ ਪੁਲਿਸ ਮੁਲਾਜ਼ਮ ਰੇਹੜੀ ਵਾਲਿਆਂ ਕੋਲ 300 ਰੁਪਏ ਦੀ ਵਸੂਲੀ ਕਰਦੇ ਨੇ, ਵਸੂਲੀ ਨਾ ਹੋਣ 'ਤੇ ਉਸਦਾ ਕੰਡਾ ਕਬਜ਼ੇ 'ਚ ਲੈ ਲੈਂਦੇ ਨੇ, ਇਸ ਤੋਂ ਬਾਅਦ ਪੈਸੇ ਮੰਗੇ ਜਾਂਦੇ ਨੇ। ਹਾਲਾਂਕਿ ਦੈਨਿਕ ਮੇਲ, ਪੰਜਾਬੀ TV ਇਹਨਾਂ ਇਲਜ਼ਾਮਾਂ ਦੀ ਪੁਸ਼ਟੀ ਨਹੀਂ ਕਰਦਾ, ਪਰ ਲੋਕਾਂ ਨੇ ਅਜਿਹੇ ਇਲਜ਼ਾਮ ਲਗਾ ਕੇ ਇਹ ਵੀਡੀਓ ਵਾਇਰਲ ਕਰ ਦਿੱਤੀ ਹੈ। ਜਲੰਧਰ ਦੇ ਕਾਂਗਰਸੀ ਨੇਤਾ ਰਾਜੀਵ ਕੱਕੜ ਨੇ ਫੇਸਬੁੱਕ ਦੇ ਉੱਤੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਦਕੋਹਾ ਚੌਂਕੀ ਦੇ ਇੰਚਾਰਜ ਕਿਸ ਤਰੀਕੇ ਦੇ ਨਾਲ ਰੇਹੜੀ ਵਾਲੇ ਨਾਲ ਧੱਕੇਸ਼ਾਹੀ ਕਰ ਰਹੇ ਸੀ। ਅਗਲੀਆਂ ਤਸਵੀਰਾਂ ਦੇਖ ਕੇ ਤੁਹਾਨੂੰ ਸਾਰਾ ਮਾਮਲਾ ਸਾਫ਼ ਹੋ ਜਾਏਗਾ, ਪਰ ਸਭ ਤੋਂ ਵੱਡਾ ਸਵਾਲ, ਜੇਕਰ ਚੌਂਕੀ ਇੰਚਾਰਜ ਸਹੀ ਤਰੀਕੇ ਨਾਲ ਕੰਮ ਕਰ ਰਹੇ ਸੀ ਤਾਂ ਰੇਹੜੀ ਚਾਲਕ ਨਾਲ ਮਾਰ ਕੁਟਾਈ ਕਿਉਂ ਕੀਤੀ ਜਾ ਰਹੀ ਸੀ? ਇਹੀ ਨਹੀਂ, ਉਸਦਾ ਸਮਾਨ ਪ੍ਰਾਈਵੇਟ ਗੱਡੀ 'ਚ ਕਿਉਂ ਪਾਇਆ ਜਾ ਰਿਹਾ ਸੀ? ਇਸ ਗੱਲ ਦਾ ਖੁਲਾਸਾ ਤਾਂ ਹੁਣ ਵੱਡੇ ਅਫਸਰਾਂ ਦੀ ਜਾਂਚ ਤੋਂ ਬਾਅਦ ਹੀ ਹੋਏਗਾ, ਪਰ ਫਿਲਹਾਲ ਕਿਤੇ ਨਾ ਕਿਤੇ ਦਕੋਹਾ ਚੌਂਕੀ ਇੰਚਾਰਜ ਦੇ ਇਹ ਕੰਮ ਕਰਨ ਦਾ ਤਰੀਕਾ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਹੈ। ਹਾਲਾਂਕਿ ਪੁਲਿਸ ਦਾ ਪੱਖ ਸੀ ਕਿ ਉਹ ਕਬਜ਼ੇ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਤੁਸੀਂ ਆਪ ਹੀ ਵੇਖੋ ਵਾਇਰਲ ਹੋਈ ਵੀਡੀਓ। ਕਰਕੇ ਉਹਨੇ ਕੀਤਾ ਕਿ ਗੇਲੇ ਚੱਕੇ ਤੁਸੀਂ ਜਾਓ, ਤੁਸੀਂ ਕੇਲੇ ਯਾਰ ਰੇਹੜੀ ਲਾ ਕੇ ਰੇਹੜੀ ਲੈ ਜਾ ਰਿਹਾ ਸਾਈਡ ਕਿਤੇ ਲੈ ਕੇ ਜਾ ਰਿਹਾ ਸੀ, ਬਾਅਦ 'ਚ ਕੰਡੇ ਦੇਣ ਦੇ ਪੈਸੇ ਮੰਗਦੇ। ਤੂੰ ਪੁੱਤਰ ਬਾਹਰ ਬਾਹਰ ਲਾਈ ਰੋੜੀ ਸਾਈਡ ਤੇ ਲਾਈ ਯਾਰ, ਜਾਂਦੇ ਪਏ ਨੇ, ਜਾਣ ਦੋ, ਸੜਕ ਤੇ ਜਾਂਦੇ ਪਏ, ਸੜਦੇ ਹੀ ਰੁਕੀ ਜਾਂਦੇ ਪਏ ਯਾਰ। ਹੁਣ ਅੱਗੇ ਕੀ ਕਰੋਗੇ? ਨਹੀਂ ਕੋਈ ਫੋਨ ਦਾ ਹੀ ਨਹੀਂ ਕੋਈ ਫੋਨ ਗੱਲ ਕਰੋ ਯਾਰ, ਮਾੜੇ ਬੰਦੇ ਨੂੰ ਮਾਰਨਾ ਟੈਨਸ਼ਨ ਨਾ ਲਓ, ਮੈਂ ਪੂਰਾ ਨੈਟਵਰਕ
ਫਿਰ ਆ ਕੇ ਬੋਲਿਆ ਤੋੜੀਆਂ ਨਜਾਇਜ਼ ਹੈ ਨਜਾਇਜ਼ ਹੈ।